ਕੇ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਖਾਦੇ ਤੇ ਵੀ ਬਿਨੀ ਇਦਾਂ ਹੀ ਸਾਰੇ ਆ ਅਲ ਤਾਂ ਦਾਤਰਾ ਦੀ ਵੀਡੀਓ ਨਹੀਂ ਮਿਲਦੀ। ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ। ਕੀ ਮਾਮਲਾ ਹੈ ਭਾਜੀ? ਮੇਰੇ ਨਾ ਇੱਥੇ ਗੁਆਂਢ ਦੇ ਵਿੱਚ ਤੇ ਇੱਥੇ ਚੌਂਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ। ਚਲੋ ਚੌਂਕ 'ਚ ਪਿੱਛੇ ਚੌਂਕ 'ਚ ਹੁੰਦਾ ਹੈਗਾ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਆ ਸਾਡੇ ਗੁਆਂਢ ਦੇ ਵਿੱਚ ਨਾ ਇੱਕ ਨਾ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ। ਇੱਥੇ ਇੰਨੇ ਕੁ ਨਸ਼ੇ ਵਾਲੇ ਆਣ ਕੇ ਟੀਕੇ ਲਾਉਂਦੇ ਆ ਜੀ, ਸ਼ਰੇਆਮ ਸ਼ਰੇਆਮ ਟੀਕੇ ਲਾਉਂਦੇ ਆ। ਇੱਥੇ ਜੋ ਵੀ ਗੈਰ ਕਾਨੂੰਨੀ ਕੰਮ, ਮੋਬਾਈਲ ਤੱਕ ਚੋਰੀ ਤੱਕ ਦੇ ਵੇਲ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ। ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਭੀੜ ਵੀ ਹੱਦੋਂ ਜ਼ਿਆਦਾ। ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕਿਆ ਭਾਜੀ, ਠੀਕ ਹੈ ਜੀ, ਨਹੀਂ ਟਲਦੇ ਹੈਗੇ ਲੋਕ ਇਹ। ਅਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ, ਜਿੱਥੇ ਮੁੰਡੇ ਸੀਗੇ ਤਿੰਨ ਚਾਰ ਬੈਠੇ, ਮੈਂ ਕਿਹਾ ਤੁਸੀਂ ਇੱਥੇ ਫਾਲਤੂ ਨਹੀਂ ਬੈਠਣਾ ਕਿਸੇ ਨੇ ਵੀ ਜੀ। ਭਾਅ ਜੀ 15-20 ਮੁੰਡੇ ਇਕੱਠੇ ਹੋ ਗਏ ਦਾਤਰਾਂ ਨਾਲ, ਡੰਡਿਆਂ ਨਾਲ, ਇੱਟਾਂ ਨਾਲ। ਆਹ ਦੇਖੋ ਪਿੱਛੇ ਆ, ਨਾਲੇ ਰਾਜੂ ਦਾ ਨਾਮ, ਆਹ ਦੇਖੋ ਜੀ ਆਹ ਪਿੱਛੇ ਨੇ। ਇਹਨਾਂ ਨੇ ਇੱਦਾਂ ਮੇਰੇ ਘਰ ਤੇ ਹਮਲਾ ਕਰਤਾ, ਮੇਰੇ ਫੈਮਿਲੀ ਸਮੇਤ ਸੀਗਾ, ਆਪਣੇ ਘਰੇ ਬੈਠਾ ਪਿਆ। ਕੰਡੀਸ਼ਨ ਦੇਖੋ, ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ, ਤੇ ਘਰੇ ਆਣ ਕੇ ਇੱਟਾਂ ਨਾਲ, ਡੰਡਿਆਂ ਨਾਲ ਤੇ ਦਾਤਰਾਂ ਨਾਲ ਹਮਲਾ ਕੀਤਾ ਜੀ ਇਹਨਾਂ ਨੇ। ਮੈਂ ਬੱਚਿਆਂ ਨੂੰ, ਆਪਣਿਆਂ ਨੂੰ ਬੜੀ ਮੁਸ਼ਕਲ ਮੈਂ ਬਚਾਇਆ ਅੰਦਰੋਂ। ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆਹ ਬੁਰਾ ਹਾਲ ਹੋ ਚੁੱਕਾ ਵਾ ਇਸ ਟਾਈਮ। ਪੁਲਿਸ ਨੂੰ ਕਦੀ, ਪੁਲਿਸ ਨੂੰ PCR ਨੂੰ ਕਈ ਵਾਰੀ ਕੰਪਲੇਂਟ ਕੀਤੀ ਹੈ ਜੀ, ਠੀਕ ਹੈ ਜੀ। ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜਣਾ ਜਾਂ ਬੈਠਣਾ ਬੰਦ ਹੋ ਜਾਣੇ। ਥਾਣਾ ਸਿਟੀ ਤੇ ਕੰਪਲੇਂਟ ਕੀਤੀ ਹੈ? ਹਾਂਜੀ ਮੈਂ ਥਾਣਾ ਸਿਟੀ ਹੁਣ ਕੰਪਲੇਂਟ ਕਰਕੇ ਆਇਆ ਜੀ। ਪਹਿਲਾਂ ਕਦੀ ਦਿੱਤੀ ਹੋਵੇ? ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ, ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਮੈਂ ਤੇ ਚਲੋ ਠੀਕ ਰਿਹਾ, ਕੋਈ ਮੈਨੂੰ ਮੁਸ਼ਕਲ ਨਹੀਂ ਸੀਗੀ ਕੋਈ। ਤੇ ਅੱਜ ਤੇ ਹੱਦੂ ਵੱਧ ਕੰਮ ਹੋ ਗਿਆ ਨਾ, ਅੱਜ ਤੇ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹਮਲਾ ਕਰ ਦਿੱਤਾ। ਮੰਗ ਮੈਂ ਕਰਦਾ ਜੀ ਕਾਨੂੰਨ ਦੇ ਕੋਲੋਂ, ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਵਾ ਪਹਿਲਾਂ ਤੇ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ, ਠੀਕ ਹੈ ਜੀ। ਆਹ ਜਿਹੜੇ ਨਸ਼ੇ ਵੇਚਦੇ ਨੇ ਇੱਥੇ, ਨੰਬਰ 2 ਉਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦਿੱਤੇ ਇਸ ਤਰ੍ਹਾਂ ਆਣ ਕੇ। ਤੁਹਾਡੇ ਕੋਲ ਕੋਈ ਸਬੂਤ ਹੈ ਜੀ ਨਸ਼ੇ ਵੇਚਣ ਦੇ ਇੱਥੇ? ਹਾਂਜੀ ਬਿਲਕੁਲ ਬਿਲਕੁਲ, ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ। ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ, ਮੈਂ ਸਬੂਤ ਦੇ ਸਕਦਾ ਵਾਂ। ਇਹਨੂੰ ਤੋਂ ਪੜਾਵਾਂਗੇ ਸਰਜੀਤ ਖੋ। ਕਿਹੜਾ ਮਹੱਲਾ? ਬਤਾਵਾ। ਠੀਕ ਹੈ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹਾਂ ਕਿ ਇੱਕ ਕੁੜੀ ਆ ਤੇ ਇੱਕ ਬੁੱਢੀ ਆ, ਉਹ ਨਾਲ ਬੰਦਿਆਂ ਦੇ ਖੇਡਦੀ ਆ ਜੂਏ, ਟੀਕੇ ਲਾਉਂਦੇ, ਸਾਹਮਣੇ ਟੀਕੇ ਲਾਉਂਦੇ, ਚਿੱਟਾ ਵੇਚਦੇ, ਚੋਰੀ ਦਾ ਸਮਾਨ ਵੀ ਵੇਚਦੇ। ਅਸੀਂ ਉੱਧਰ ਧਿਆਨ ਨਹੀਂ ਮਾਰਦੇ, ਉਹ ਜਦੋਂ ਗੰਦ ਬੋਲਦੇ ਅਸੀਂ ਆਉਂਦੇ ਹਾਂ ਵੀ ਇੱਥੇ ਗੰਦ ਨਾ ਬੋਲੋ, ਅਸੀਂ ਲਾਗੇ ਬਹਿੰਦੇ ਹਾਂ, ਚੰਗਾ ਨਹੀਂ ਲੱਗਦਾ ਸਾਨੂੰ, ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ। ਸਾਨੂੰ ਰੋਟੀ ਖਾ ਲੈਂਦੇ ਕਰੋ, ਅਸੀਂ ਰੋਟੀ ਖਾਣ ਉੱਤੇ ਚੜੀਦਾ ਹੈਂ। ਉਹ ਕਹਿੰਦੇ ਉਹ ਗਾੜੀਆਂ ਪੇ ਅਸੀਂ ਤਰ੍ਹਾਂ ਸਾਡੇ ਚੰਗਾ ਮਾੜਾ ਸਾਨੂੰ ਬੋਲਦੇ ਆ। ਅੱਜ ਕੀ ਹੋਇਆ? ਅੱਜ ਇਹੋ ਹੋਇਆ ਵੀ ਇਹ ਮੁੰਡੇ ਨੇ ਟੱਕਿਆ ਤੂੰ ਆਣ ਕੇ ਦਾਤਰ ਲੈ ਕੇ ਪੈ ਗਏ। ਇਹਨੇ ਆਖਿਆ ਵੀ ਇੱਥੇ ਬਹਿਣਾ ਨਹੀਂ, ਇੱਥੇ ਨਾ ਸ਼ੋਰ ਮਚਾਇਆ ਕਰੋ ਹੈਂ, ਤੇ ਤੁਸੀਂ ਇਹ ਕੰਮ ਨਾ ਕਰੋ ਜਿਹੜੇ ਕਰਦੇ ਜੇ ਮਾੜੇ, ਨਸ਼ੇ ਪੱਤੇ ਵੇਚ ਜਾਓ, ਕੋਈ ਵਹੁਟੀ ਦੇ ਵੱਜਾ ਰੋੜਾ ਵੱਜਾ ਵਹੁਟੀ ਦੇ, ਇੱਟ ਵੱਜੀ ਉਹਦੇ ਪੈਰ ਤੇ, ਇੱਕ ਦੇ ਹੱਥ ਤੇ ਬਾਂਹ ਤੇ ਉਹਦੇ ਗੁੱਜੀ ਸੱਟ ਲੱਗੀ,
ਸਰ ਜਸਪ੍ਰੀਤ ਹੈ। ਹਾਂਜੀ ਕੀ ਕਹਿਣਾ ਚਾਹੁੰਦੇ? ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵਾਰ ਵਾਰ ਮਤਲਬ ਭਾਜੀ ਦੇ ਟੋਕਣ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਭਾਜੀ ਦੇ ਬੋਲਣ ਤੇ ਕਿ ਤੁਸੀਂ ਨਾ ਗੰਦੀਆਂ ਗਾਲਾਂ ਕੱਢੋ, ਤੇ ਮਤਲਬ ਕਿ ਆ ਕੇ ਭਾਜੀ ਹੁਣਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਦੇ ਘਰ ਕਿਰਾਏ ਤੇ ਹਾਂਜੀ ਨਸ਼ਾ ਵੇਚਦੇ ਆ, ਤੇ ਉੱਪਰ ਵੀ ਬਾਅਦ ਵਿੱਚ ਲੱਗੇ ਹੋਏ ਟੀਕੇ ਲਗਾਉਂਦੇ ਪਏ ਸੀ, ਭਾਜੀ ਜਾ ਕੇ ਬੋਲਣ ਲੱਗ ਗਏ ਕਿ ਤੁਸੀਂ ਗਾਲਾਂ ਨਾ ਕੱਢੋ, ਚਲੋ ਤੁਸੀਂ ਜੋ ਕਰਦੇ ਕਰੀ ਜਾਓ, ਤੇ ਉਹ ਬੋਲਣ ਲੱਗ ਗਏ। ਅੱਗੋਂ ਬਾਅਦ ਵਿੱਚ ਘਰੇ ਥੱਲੇ ਆ ਕੇ ਭਾਜੀ ਤੇ ਗਾਲ ਪੈ ਗਏ ਕਾਫੀ, ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ। ਤਕਰੀਬਨ ਸਰ ਟਾਈਮ ਹੋਣੀ ਆ 12:30, ਇੰਨਾ ਕੁ ਟਾਈਮ ਸੀ। ਹਾਂਜੀ ਤੇ ਬਹੁਤ ਜ਼ਿਆਦਾ ਗੰਦੀ ਲੈਂਗੁਏਜ ਬੋਲ ਕੇ, ਬਹੁਤ ਮਤਲਬ ਕਿ ਸਾਰੇ ਧੱਕਾ ਮੁੱਕੀ ਕਰਕੇ, ਤੇ ਅੰਦਰ ਉੱਪਰ ਦੀ ਵੀ ਰੋੜੇ ਸੁੱਟੇ ਤੇ ਇੱਧਰੋਂ ਵੀ। ਹਾਂਜੀ